ਫਾਜ਼ਿਲਕਾ ਦੀ ਮੰਡੀ ਲਾਦੂਕਾ ਦੇ ਨਿਵਾਸੀ ਸਕ੍ਰੈਪ ਵਪਾਰੀ ਕੇਵਲ ਕ੍ਰਿਸ਼ਨ ਦੀ ਲਾਸ਼ ਦਾ ਫਰੀਦਕੋਟ ਦੇ ਵਿੱਚ ਕਰਵਾਇਆ ਜਾਏਗਾ ਪੋਸਟਮਾਰਟਮ। ਪਰਿਵਾਰ ਵਾਲਿਆਂ ਨੇ ਦਿੱਤੀ ਜਾਣਕਾਰੀ। ਫਾਜ਼ਿਲਕਾ ਦੀ ਮੰਡੀ ਲਾਦੂਕਾ ਦੇ ਨਿਵਾਸੀ ਸਕ੍ਰੈਪ ਵਪਾਰੀ ਕੇਵਲ ਕ੍ਰਿਸ਼ਨ ਦੀ ਸੰਦਿਗਧ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵੱਲੋਂ ਫਿਰੋਜ਼ਪੁਰ ਰੋਡ 'ਤੇ ਧਰਨਾ ਦੇ ਦਿੱਤਾ ਗਿਆ ਸੀ ਅਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਲਾਸ਼ ਦਾ ਅੱਜ ਪੋਸਟਮਾਰਟਮ ਕਰਵਾਇਆ ਜਾਣਾ ਸੀ। ਜੱਜ ਸਾਹਿਬ ਦੀ ਮੌਜੂਦਗੀ ਦੇ ਵਿੱਚ ਡਾਕਟਰਾਂ ਦੀ ਟੀਮ ਵੱਲੋਂ ਪੋਸਟਮਾਰਟਮ ਕੀਤਾ ਜਾਣਾ ਸੀ, ਲੇਕਿਨ ਪੋਸਟਮਾਰਟਮ ਕਰਨ ਵਾਲੀ ਡਾਕਟਰਾਂ ਦੀ ਟੀਮ ਵੱਲੋਂ ਕਿਹਾ ਗਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਫੋਰੈਂਸਿਕ ਲੈਬ ਦੇ ਵਿੱਚ ਹੋਣਾ ਚਾਹੀਦਾ, ਜਿਸ ਤੋਂ ਬਾਅਦ ਹੁਣ ਉਹਨਾਂ ਦਾ ਪੋਸਟਮਾਰਟਮ ਕੱਲ੍ਹ ਫਰੀਦਕੋਟ ਦੇ ਵਿੱਚ ਕਰਵਾਇਆ ਜਾਏਗਾ। ਉਹਨਾਂ ਨੇ ਪੁਲਿਸ ਕਾਰਵਾਈ ਤੋਂ ਪੂਰੀ ਤਰ੍ਹਾਂ ਨਾਲ ਸੰਤੁਸ਼ਟੀ ਜ਼ਾਹਿਰ ਵੀ ਕੀਤੀ। ਪੁਲਿਸ ਨੇ ਜੀ ਜੋ ਕਾਰਵਾਈ ਬੰਦੀ ਸੀ ਜੀ ਮੌਜੂਦਾਂ 'ਤੇ ਉਹ ਕਾਰਵਾਈ ਹੋ ਗਈ ਹੈ ਜੀ। ਉਸ ਤੋਂ ਬਾਅਦ ਜੀ ਪੋਸਟਮਾਰਟਮ ਲਈ ਜੁਡੀਸ਼ੀਅਲ ਇਨਕੁਆਇਰੀ ਲਾਈ ਸੀਗੀ। ਜੱਜ ਸਾਹਿਬ ਨੇ ਉੱਪਰ ਖੜੋ ਕੇ ਪੋਸਟਮਾਰਟਮ ਦੀ ਉੱਪਰ ਖੜੋ ਕੇ ਜੋ ਜੋ ਮੈਂ ਉਹਨਾਂ ਨੂੰ ਕਿਹਾ ਇੱਥੇ ਮਾਰਕਸ ਹੈਗੇ ਆ ਉਹਨਾਂ ਮੈਨੂੰ ਸਹੀ ਗਾਈਡ ਕੀਤੀ। ਪੋਸਟਮਾਰਟਮ ਹੋ ਚੁੱਕਿਆ ਜੀ? ਪੋਸਟਮਾਰਟਮ ਨਹੀਂ ਹੋਇਆ ਜੀ। ਜੋ ਸਾਨੂੰ ਸੀਗਾ ਡਾਊਟ ਜੀ ਸਾਡੇ ਮੇਰੇ ਪਿਤਾ ਜੀ ਦੀ ਕੇਸ ਹੱਤਿਆ ਕੀਤੀ ਹੈ ਕੇਸ ਰੀਜਨ ਕਰਕੇ, ਉਹ ਸਾਨੂੰ ਸੀਗਾ ਜੀ ਉਹ ਡਾਕਟਰ ਕਹਿੰਦੇ ਜੀ ਇੱਥੇ ਇਹ ਫੋਰੈਂਸਿਕ ਲੈਬ ਦੇ ਵਿੱਚ ਇਸ ਦਾ ਹੋਊਗਾ ਜੀ, ਅਤੇ ਉਹ ਕਹਿੰਦੇ ਜੀ ਇੱਥੇ ਮੌਜੂਦ ਨਹੀਂ ਹੈਗੀ ਲੈਬ, ਅਤੇ ਉਹ ਫਰੀਦਕੋਟ ਹੋਊਗਾ ਜੀ। ਤਾਂ ਕਰਕੇ ਜੀ ਅਸੀਂ ਫਰੀਦਕੋਟ ਤੋਂ ਮੰਗ ਰੱਖੀ ਜੀ ਅਸੀਂ ਫਰੀਦਕੋਟ ਤੋਂ ਪੋਸਟਮਾਰਟਮ ਕਰਵਾਉਣਾ। ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਜੇ? ਹਾਂਜੀ, ਮੁਜਰਮਾਂ 'ਤੇ ਕਾਰਵਾਈ ਹੋ ਗਈ। ਸੰਤੁਸ਼ਟ ਜੇ ਪੂਰੀ ਤਰ੍ਹਾਂ? ਧਰਨਾ ਚੱਕ ਲਿਆ ਜੀ? ਹਾਂਜੀ, ਧਰਨਾ ਚੱਕਿਆ ਜੀ। ਅੱਛਾ, ਠੀਕ।